ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਅੱਜ 11 ਸਤੰਬਰ ਦਿਨ ਬੁੱਧਵਾਰ ਸਵੇਰ ਦੇ ਕਰੀਬ 7:20 'ਤੇ ਮਿਊਂਸਪਲ ਪਾਰਕ ਕੋਟਕਪੂਰਾ 'ਚ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਓ ਜੀ, ਸਾਹਿਤਕ ਮਹਿਫਲ ਦੀ ਸ਼ੁਰੂਆਤ ਇੱਕ ਪਰੰਪਰਾ ਅਨੁਸਾਰ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਬਚਨ ਸਿੰਘ ਟੋਨੀ ਤੋਂ ਹੋਣ ਜਾ ਰਹੀ ਹੈ। ਹਾਂਜੀ ਟੋਨੀ ਜੀ, ਸੁਖਮਨੀ ਸਾਹਿਬ ਤੂੰ ਠਾਕਰ ਤੋਂ ਪੈ ਅਰਦਾਸ ਜੀਓ, ਪਿੰਡ ਸਭ ਤੇਰੀ ਰਾਸ ਤੋਂ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਗਨੇਰੇ, ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ। ਹਾਂਜੀ, ਇੱਕ ਰਾਮ ਦਸ਼ਰਥ ਕਾ ਬੇਟਾ, ਇੱਕ ਰਾਮ ਜੋ ਸਰਵ ਵਿਆਪੀ। ਵਾਹ ਜੀ ਵਾਹ, ਜੀਵਨ ਕੇ ਪ੍ਰਤੀ ਜਿਸ ਵਿਅਕਤੀ ਕੇ ਪਾਸ ਸਭਸੇ ਕਮ ਸ਼ਿਕਾਇਤੇ ਹੈ, ਵਹੀ ਸਭਸੇ ਅਧਿਕ ਸੁਖੀ ਹੈ। ਇੱਕ ਮਿੰਟ ਦੁਬਾਰਾ ਬੋਲੋ, ਵਿੱਚ ਰੋਲਾ ਪੈ ਗਿਆ। ਜੀਵਨ ਕੇ ਪ੍ਰਤੀ ਜਿਸ ਵਿਅਕਤੀ ਕੇ ਪਾਸ ਸਭਸੇ ਕਮ ਸ਼ਿਕਾਇਤੇ ਹੈ, ਵਹੀ ਸਭਸੇ ਅਧਿਕ ਸੁਖੀ ਹੈ। ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ। ਅਕਲ ਕੱਪੜਿਆਂ ਵਿੱਚੋਂ ਨਹੀਂ, ਗੱਲਬਾਤ ਅਤੇ ਆਦਤਾਂ ਵਿੱਚੋਂ ਝਲਕਦੀ ਹੈ। ਬਿਲਕੁਲ ਸਹੀ। ਇੱਕ ਧਰਮੀ ਵਿਸ਼ਵਾਸ ਅਸਹਿਣਸ਼ੀਲਤਾ ਨੂੰ ਜਨਮ ਦਿੰਦਾ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਜਿਸ ਸਮੇਂ ਆਪ ਕਿਸੇ ਦਾ ਅਪਮਾਨ ਕਰ ਰਹੇ ਹੁੰਦੇ ਹੈ ਜੀ, ਉਸੀ ਵਕਤ ਆਪ ਆਪਣਾ ਸਨਮਾਨ ਖੋ ਰਹੇ ਹੁੰਦੇ। ਆਏ ਹਾਏ, ਬਿਲਕੁਲ ਸਹੀ, ਬਿਲਕੁਲ ਸਹੀ। ਸ਼ੁਕਰ ਗੁਜ਼ਾਰ ਹੂੰ ਉਨ ਤਮਾਮ ਲੋਕੋਂ ਕਾ, ਜਿਨ੍ਹੋਂਨੇ ਬੁਰੇ ਵਕਤ ਮੇਂ ਮੇਰਾ ਸਾਥ ਛੋੜ ਦਿਆ, ਕਿਉਂਕਿ ਉਹਨੇ ਭਰੋਸਾ ਥਾ ਕਿ ਮੈਂ ਮੁਸੀਬਤੋਂ ਸੇ ਅਕੇਲੇ ਹੀ ਨਿਪਟ ਸਕਦਾ ਹੂੰ। ਬਿਲਕੁਲ ਸਹੀ, ਬਿਲਕੁਲ। ਇੱਕ ਸੁਪਨੇ ਕੇ ਟੂਟ ਕਰ ਚਕਨਾ ਚੂਰ ਹੋ ਜਾਣੇ ਕੇ ਬਾਅਦ ਦੂਸਰਾ ਸੁਪਨਾ ਦੇਖਣੇ ਕੇ ਹੌਸਲੇ ਕੋ ਜ਼ਿੰਦਗੀ ਕਹਿਤੇ। ਆਏ ਹਾਏ, ਹੱਕ ਪਰਾਇਆ ਨਾਨਕਾ ਉਸੋ ਰੁਸ ਗਾਏ, ਗੁਰੂ ਪੀਰ ਹਾਮੀ ਨਾ ਪੜੇ ਜੋ ਮੁਰਦਾਰ ਖਾਏ। ਵਾਹ ਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਰੋਜ਼ਾਨਾ ਸਪੋਕਸਮੈਨ ਦੀ ਖਬਰ ਜੀ, ਮੋਦੀ ਦੇ ਆਪਣੇ ਰਾਜ ਵਿੱਚ ਵਹਿਣ ਕਾਨੂੰਨ ਦੀ ਹਵਾ ਨਿਕਲੀ। ਪਰਮਾਤਮਾ ਦੀ ਅਦਾਲਤ ਬਹੁਤ ਨਿਆਰੀ ਹੈ ਜੀ, ਤੂੰ ਚੁੱਪ ਕਰਕੇ ਚੰਗੇ ਕਰਮ ਕਰਦਾ ਰਹਿ ਜੀ, ਤੇਰਾ ਉਹ ਹਰ ਮੁਕੱਦਮਾ ਖੁਦ ਲੜੇਗਾ ਜੀ। ਜੀ 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 ਜੀ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ। ਆ ਗੁਲਾਟੀ ਸਾਹਿਬ ਤੋਂ ਕੁਛ ਸੁਣੋ। ਕੁਛ ਆਉਂਦਾ ਹੀ ਨਹੀਂ, ਲੋਡ ਕਿੰਨੇ ਆਉਂਦੇ? ਕੀੜਾ ਬੁਰੇ ਦਾ ਭਲਾ ਕਰ। ਜਿਸੇ ਅਕਸਰ ਕਿਹਾ ਜਾਂਦਾ ਹੈ ਵੀ ਕਿਸੇ ਨੂੰ ਨਾ ਦੁੱਖ ਦਿਓ ਨਾ ਦੁੱਖ ਲਓ, ਇਹ ਕਿੱਡੀ ਗੱਲ ਹੈ। ਇਨਸਾਨ ਨੂੰ ਤਾਂ ਇਹ ਗੱਲ ਬਣਦੀ ਹੀ ਨਹੀਂ ਕਿ ਵੀ ਦੁੱਖ ਦੇਵੇ ਕਿਸੇ ਨੂੰ। ਜੇ ਅਸੀਂ ਇਹ ਧਾਰ ਲਈਏ ਵੀ ਸਭ ਨੂੰ ਸੁੱਖ ਦਿਓ ਤਾਂ ਬਹੁਤ ਚੀਜ਼ਾਂ। ਗੁੱਡ ਮਾਰਨਿੰਗ ਜੀ, ਬਿਲਕੁਲ। ਹਾਂਜੀ, ਕ੍ਰਿਸ਼ਨ ਹੈ, ਇਹ ਸਰੀਰ ਤੁਹਾਡਾ ਨਹੀਂ ਜੀ, ਨਾ ਹੀ ਤੁਸੀਂ ਸਰੀਰ ਦੇ ਹੋ ਜੀ। ਪੰਜ ਤੱਤਾਂ ਤੋਂ ਸਰੀਰ ਬਣਿਆ ਹੈ ਅਤੇ ਅੰਤ ਵਿੱਚ ਇਸ 'ਚ ਮਿਲ ਜਾਵੇਗਾ ਜੀ, ਪਰੰਤੂ ਆਤਮਾ ਸਥਿਰ ਹੈ। ਫਿਰ ਤੁਸੀਂ ਕੀ ਹੋ? ਤੁਸੀਂ ਆਪਣੇ ਆਪ ਨੂੰ ਭਗਵਾਨ ਨੂੰ ਅਰਪਿਤ ਕਰ ਦਿਓ, ਇਹੀ ਸਭ ਤੋਂ ਉੱਤਮ ਸਹਾਰਾ ਹੈ। ਜੋ ਮਨੁੱਖ ਪਰਮਾਤਮਾ ਦੇ ਸਹਾਰੇ ਰਹਿੰਦਾ ਉਹ ਭੈ, ਚਿੰਤਾ ਅਤੇ ਡਰ ਤੋਂ ਹਮੇਸ਼ਾ ਮੁਕਤ ਰਹਿੰਦਾ। ਦੂਜਿਆਂ ਦੀਆਂ ਗਲਤੀਆਂ ਕੱਢਣ ਵਾਸਤੇ ਦਿਮਾਗ ਦੀ ਲੋੜ ਹੈ, ਆਪਣੀਆਂ ਗਲਤੀਆਂ ਕੱਢਣ ਵਾਸਤੇ ਕਲੇਜੇ ਦੀ ਲੋੜ ਹੈ। ਆਏ ਹਾਏ ਹਾਏ, ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਉਸਕਾ ਵਸਲਾ। ਵਾਹ ਜੀ ਵਾਹ ਵਾਹ। ਰਿਸ਼ਤਿਆਂ ਵਿੱਚ ਪਹਿਲੀ ਸ਼ਰਤ ਇੱਜ਼ਤ ਹੁੰਦੀ ਹੈ, ਜੋ ਇੱਜ਼ਤ ਦੇ ਨਹੀਂ ਸਕਦਾ ਉਹ ਰਿਸ਼ਤਾ ਨਿਭਾ ਵੀ ਨਹੀਂ ਸਕਦਾ। ਬਿਲਕੁਲ ਸਹੀ, ਬਿਲਕੁਲ। ਫਰੀਦਾ ਖਾਕ ਨਾ ਨਿੰਦੀਏ, ਖਾਕੋ ਜੇਠ ਨਾ ਕੋਈ, ਜਿਉਂਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਵਾਹ ਜੀ। ਬਹੁਤੇ ਮਨੁੱਖ ਔਰਤਾਂ ਨਾ ਸੁਤੰਤਰ ਹਨ ਨਾ ਸਿਆਣੇ, ਉਹ ਅਜਿਹੇ ਪਤੰਗਾਂ ਵਾਂਗ ਹਨ ਜਿਨ੍ਹਾਂ ਨੂੰ ਪੁਜਾਰੀ ਅਤੇ ਸਿਆਸਤਦਾਨ ਆਪਣੀ ਮਰਜ਼ੀ ਨਾਲ ਉਡਾਉਂਦੇ ਹਨ। ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ। ਲਓ ਜੀ, ਜਿਨ੍ਹਾਂ ਵੀਰਾਂ ਨੇ ਅੱਜ ਦੀ ਸਾਹਿਤਕ ਮਹਿਫਲ 'ਚ ਹਿੱਸਾ ਲਿਆ ਉਹਨਾਂ ਸਾਰਿਆਂ ਦਾ ਧੰਨਵਾਦ। ਇੱਕ ਚੀਜ਼ ਮੈਂ ਵੀ ਸ਼ੇਅਰ ਕਰਨੀ ਚਾਹੁੰਦਾ, ਕਹਿੰਦਾ ਸਿੱਖਣ ਲਈ ਹਮੇਸ਼ਾ ਤਤਪਰ ਰਹੋ, ਮੈਂ ਜਾਣਦਾ ਹਾਂ ਕਿ ਮੇਰੇ ਮਰਨ 'ਤੇ ਲੋਕ ਕੀ ਕਹਿਣਗੇ ਕਿ ਉਹ ਸਿੱਖਦਾ ਹੀ ਮਰ ਗਿਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਗੁਰਿੰਦਰ ਸਿੰਘ ਕੋਟਕਪੂਰਾ।